ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਿਆਰ ਵਾਲਿਓ, ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਸ਼ੇਅਰ ਕਰਿਓ, ਲਾਈਕ ਕਮੈਂਟ ਵੀ ਜ਼ਰੂਰ ਕਰਿਓ। ਗੁਰੂ ਪਿਆਰ ਵਾਲਿਓ, ਗੁਰੂ ਕਿਹਨਾਂ ਦੇ ਕੰਮ ਜਲਦੀ ਕਰਦਾ ਹੈ? ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਦੀ ਜਿਹੜੀ ਅਸਲ ਵਿਧੀ ਹੈ ਉਹਨੂੰ ਆਪਾਂ ਸਮਝਣ ਦਾ ਯਤਨ ਕਰਾਂਗੇ। ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਫਤਿਹ ਬੁਲਾ ਕੇ ਆਰੰਭਤਾ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਇੱਕ ਚੀਜ਼ ਆਪਾਂ ਨੇ ਹਮੇਸ਼ਾ ਨੋਟ ਕੀਤੀ ਹੋਣੀ ਹੈ, ਗੁਰਬਾਣੀ ਦੇ ਰਸ ਭਿੰਨੇ ਬੋਲ ਜਿਹੜੇ ਨੇ ਆਪਣੇ ਕੰਨਾਂ ਵਿੱਚ ਹਮੇਸ਼ਾ ਕਦੇ ਨਾ ਕਦੇ ਪਏ ਹੋਣਗੇ ਅਤੇ ਆਪਣੇ ਯਾਦ ਵੀ ਹੋਣਗੇ, ਪੜ੍ਹੇ ਵੀ ਹੋਣੇ ਨੇ ਆਪਾਂ ਨੇ। ਗੌਰ ਦਿਓ, ਆਪਾਂ ਕਹਿੰਦੇ ਹਾਂ ਨਾ, ਵਿਰਥੀ ਨਾ ਹੋਵਈ ਜਨ ਕੀ ਅਰਦਾਸ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਬਿਰਥੀ ਦਾ ਭਾਵ ਕੀ ਹੁੰਦਾ? ਬੇਅਰਥ, ਜਿਹਦਾ ਕੋਈ ਅਰਥ ਨਾ ਹੋਵੇ, ਕੋਈ ਮਾਇਨਾ ਨਾ ਹੋਵੇ। ਸਾਧ ਸੰਗਤ, ਇਹ ਆਪਾਂ ਗੱਲ ਕਰ ਰਹੇ ਹਾਂ ਵੀ ਗੁਰੂ ਕਿਹਨਾਂ ਦੇ ਕੰਮ ਕਰਦੇ ਅਤੇ ਕਿਹਨਾਂ ਦੇ ਕਾਰਜ ਰਾਸ ਆਉਂਦੇ ਨੇ। ਪਿਆਰਿਓ, ਮੈਂ ਇਸ ਵਿਸ਼ੇ ਦੇ ਦੌਰਾਨ ਆਪ ਜੀ ਨਾਲ ਸਾਂਝ ਪਾ ਰਿਹਾ ਹਾਂ ਅਤੇ ਸਾਧ ਸੰਗਤ ਜਿਹੜਾ ਗੁਰੂ ਨੂੰ ਅਰਦਾਸ ਕਰਦਾ ਨਾ, ਅਰਦਾਸ ਕਰਕੇ ਕਾਰਜਾਂ ਦੀ ਆਰੰਭਤਾ ਕਰਦਾ, ਅਰਦਾਸ ਕਰਕੇ ਭਰੋਸਾ ਰੱਖਦਾ, ਗੁਰੂ ਉਹਨਾਂ ਦੇ ਕਾਰਜ ਸਵਾਰਦਾ ਹੈ। ਸਭੇ ਕਾਜ ਰਾਸ ਉਹਨਾਂ ਦੇ ਹੁੰਦੇ ਨੇ ਜਿਹੜੇ ਗੁਰੂ ਨੂੰ ਅਰਦਾਸ ਕਰਕੇ ਉਹਦੇ 'ਤੇ ਭਰੋਸਾ ਬਣਾ ਲੈਂਦੇ ਨੇ, ਅਰਦਾਸ 'ਤੇ ਚਿੱਤ ਖੜਾ ਲੈਂਦੇ ਨੇ ਵੀ ਮੁੱਕ ਦੀ ਗੱਲ, ਅਰਦਾਸ ਹੋ ਗਈ, ਹੁਣ ਨਹੀਂ ਕਿਸੇ ਚੀਜ਼ ਦੀ ਜ਼ਰੂਰਤ, ਅਰਦਾਸ ਹੋ ਗਈ ਹੁਣ ਪਾਤਸ਼ਾਹ ਨੂੰ, ਹੁਣ ਤਾਂ ਅਰਦਾਸ ਦੇ ਉੱਪਰ ਮੇਰਾ ਭਰੋਸਾ ਹੈ, ਅਰਦਾਸ ਦੇ ਉੱਪਰ ਮੇਰਾ ਨਿਸ਼ਚਾ ਹੈ, ਅਰਦਾਸ ਦੇ ਉੱਪਰ ਮੇਰੀ ਵਿਰਤੀ ਟਿਕੀ ਹੋਈ ਹੈ, ਮੇਰੇ ਪਾਤਸ਼ਾਹ ਮੇਰੀ ਬੇਨਤੀ, ਮੇਰੀ ਅਰਦਾਸ ਪ੍ਰਵਾਨ ਜ਼ਰੂਰ ਕਰਨਗੇ। ਗੁਰੂ ਅਰਦਾਸ ਪ੍ਰਵਾਨ ਕਰਦਾ ਵੀ ਹੈ ਅਤੇ ਗੁਰੂ ਪਿਆਰ ਵਾਲਿਓ, ਮੈਂ ਇੱਥੇ ਬੇਨਤੀ ਤਾਂ ਕਰ ਰਿਹਾ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਅਤੇ ਬਿਰਥੀ ਉਹਨਾਂ ਦੀ ਅਰਦਾਸ ਕਦੇ ਨਹੀਂ ਹੁੰਦੀ ਜਿਹੜੇ ਜਨ ਬਣ ਕੇ ਅਰਦਾਸ ਕਰਦੇ ਨੇ। ਜਨ ਕੌਣ ਹੈ? ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਗੁਰੂ ਦੇ ਅਧੀਨ ਹੋ ਕੇ ਗੁਰੂ ਦਾ ਪ੍ਰਭਾਵ ਕਬੂਲ ਕੇ ਗੁਰੂ ਨੂੰ ਆਪਣਾ ਸਾਰਾ ਕੁਝ ਸੌਂਪ ਕੇ ਅਰਦਾਸ ਕਰਦੇ ਨੇ, ਨਿਮਾਣੇ ਬਣ ਕੇ ਜਿਹੜੇ ਅਰਦਾਸ ਕਰਦੇ ਨੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ, ਜਿਹੜੇ ਇਹ ਸਿਧਾਂਤ ਨੂੰ ਸਮਝ ਕੇ ਗੁਰੂ ਨੂੰ ਅਰਦਾਸ ਕਰਦੇ ਨੇ ਵੀ ਗੁਰੂ ਪਾਤਸ਼ਾਹ ਮੇਰਾ ਤਾਂ ਕੁਝ ਵੀ ਨਹੀਂ ਹੈ, ਜੋ ਕਿਜੈ ਸੋ ਤੇਰਾ, ਜੋ ਕੁਝ ਵੀ ਹੈ ਹੇ ਮੇਰੇ ਪਾਤਸ਼ਾਹ ਉਹ ਤੇਰਾ ਹੀ ਹੈ, ਮੇਰੀ ਤਾਂ ਅਰਦਾਸ ਬੇਨਤੀ ਹੈ ਪਾਤਸ਼ਾਹ ਪ੍ਰਵਾਨ ਕਰੀ, ਮੇਰਾ ਨਿਮਾਣੇ ਦਾ ਜ਼ੋਰ ਕੀ ਹੈ, ਜਿਸ ਅੱਗੇ ਜ਼ੋਰ ਨਾ ਚੱਲੇ ਖਲੇ ਕੀਚੈ ਅਰਦਾਸ। ਆਪਾਂ ਅਨੇਕਾਂ ਪ੍ਰਮਾਣ ਸਾਂਝੇ ਕਰਦੇ ਹਾਂ, ਉਹਦੇ ਅੱਗੇ ਜ਼ੋਰ ਨਹੀਂ ਕੋਈ। ਗੁਰੂ ਪਾਤਸ਼ਾਹ ਅਰਦਾਸ ਉਹਨਾਂ ਦੀ ਪ੍ਰਵਾਨ ਕਰਦੇ ਨੇ ਪਿਆਰਿਓ, ਜੋ ਗੁਰੂ 'ਤੇ ਭਰੋਸਾ ਰੱਖਦੇ ਨੇ। ਜਿਹਨੂੰ ਗੁਰੂ 'ਤੇ ਭਰੋਸਾ ਹੀ ਨਹੀਂ ਹੈ, ਗੁਰੂ ਦੇ ਕਾਰਜ ਰਾਸ ਕਿਵੇਂ ਕਰ ਦੇਗਾ? ਜਿਹੜਾ ਗੁਰੂ ਕੋਲ ਅਰਦਾਸ ਵੀ ਕਰਦਾ ਅਤੇ ਮਨ ਵਿੱਚ ਫਿਰ ਵੀ ਸ਼ੰਕਾ ਹੁੰਦੀ ਹੈ ਵੀ ਗੁਰੂ ਮੇਰੀ ਅਰਦਾਸ ਪ੍ਰਵਾਨ ਕਰੇਗਾ ਪਤਾ ਨਹੀਂ ਨਾ, ਗੁਰੂ ਮੇਰੀ ਸੁਣੇਗਾ ਪਤਾ ਨਹੀਂ ਨਾ, ਗੁਰੂ ਮੇਰੇ ਉੱਤੇ ਤਰੁੱਠੇਗਾ ਪਤਾ ਨਹੀਂ ਨਾ, ਗੁਰੂ ਉਹਨਾਂ ਦੇ ਕਾਰਜ ਰਾਸ ਨਹੀਂ ਕਰਦਾ ਜਿਹੜੇ ਦੁਬਧਾ ਵਿੱਚ ਪਏ ਰਹਿੰਦੇ ਨੇ, ਜਿਹੜੇ ਦੁਬਧਾ ਵਾਲੀ ਜ਼ਿੰਦਗੀ ਜਿਉਂਦੇ ਨੇ, ਦੁਚਿੱਤੀ ਵਾਲੀ ਜ਼ਿੰਦਗੀ ਜਿਉਂਦੇ ਨੇ, ਜਿਹੜੇ ਗੁਰੂ 'ਤੇ ਭਰੋਸਾ ਨਹੀਂ ਰੱਖਦੇ, ਗੁਰੂ 'ਤੇ ਅਰਦਾਸ ਕਰਕੇ ਵੀ ਭਰੋਸਾ ਨਹੀਂ ਟਿਕਦਾ, ਫਿਰ ਵੀ ਬੇਗਾਨੇ ਦਰ ਦੀ ਆਸ ਲਾ ਕੇ ਰੱਖਦੇ ਨੇ, ਪਾਤਸ਼ਾਹ ਕਹਿੰਦੇ ਨੇ ਉਹਨਾਂ 'ਤੇ ਕਿਰਪਾ ਕਦਾ ਚਿੱਤ ਵੀ ਨਹੀਂ ਹੁੰਦੀ। ਅਤੇ ਬੇਨਤੀ ਮੈਂ ਤਾਂ ਕਰ ਰਿਹਾ ਸਾਧ ਸੰਗਤ, ਅੱਜ ਸਾਡੇ ਹਾਲਾਤ ਇਹ ਬਣੇ ਹੋਏ ਨੇ, ਗੁਰੂ ਕੋਲ ਅਰਦਾਸ ਵੀ ਕਰਤੀ ਅਤੇ ਫਿਰ ਕਿਸੇ ਨੇ ਕਹਿਤਾ ਵੀ ਫਲਾਣੇ ਬਾਬਾ ਜੀ ਕੋਲ ਚੱਲੀਏ, ਫਿਰ ਉੱਧਰ ਨੂੰ ਤੁਰ ਪੈਂਦਾ ਵੀ ਫਲਾਣੇ ਬਾਬਾ ਜੀ ਤੋਂ ਪੂਰੀ ਪਵਾ ਲਈਏ, ਫਿਰ ਕਹਿੰਦਾ ਵੀ ਕੋਈ ਧਾਗਾ ਤਵੀਤ ਲੈ ਲਈਏ ਅਤੇ ਫਿਰ ਮੇਰੀ ਪੂਰੀ ਪੈ ਜਾਏ,
ते गुरु फिर उन्हां दी कदे नहीं सुनदा जिहड़े बेगाने दर दे उपर आके आस रखदे ने, जिहड़े कहिंदे ने कि गुरु पातशाह जी अरदास भी करती गुरु नूं पता नहीं गुरु साडी सुनेगा पता नहीं ना। गुरु उन्हां दी अरदास सुनदा प्यारे, जिहड़े कहिंदे ने मैनूं पूरा भरोसा है अब हम चली ठाकुर पै हार, जदों गुरु दे द्वारे ते चल गया, जदों फिर गुरु नूं कह दे हे पातशाह मैं तेरे दर ते आ गया, हुण तू रख लै ते भावें मैनू मार दे मैं तेरा दर छड के नहीं जाना। गुरु उन्हां दे उपर त्रुटदा है। गुरु गुरु गुर कर मन मोर, गुरु बिना मैं ना ही होर, जिहड़े ये भाव कहिंदे ने ना गुरु उन्हां ते कृपा करदा है। अनेकां प्रमाण ने गुरबाणी दे। तो गुरु प्यार वालेओ मैं इस करके आप जी नाल सांझ पा रहा कि तुहाडा भरोसा ना जिहड़ा गुरु ते 100% बन सके, गुरु ते शंका ना होवे। जे प्यारेओ गुरु ते शंका बन गया फिर उत्थे गल नहीं बनदी, उत्थे गल फिर कदी भी नहीं बनदी, क्योंकि गुरु दे काम विच भी दुचित्ती पै गई। तो साध संगत जदों दुचित्ती मन विच पै जाए ना, ये दो चित्ती फिर काम बड़ा खराब करदी है, फिर बंदा ना उधर दा ते ना इधर दा, फिर बंदा सोचदा भी गुरु कर जावा कि ना जावा, गुरबाणी पढ़ा कि ना पढ़ा, मैं गुरुद्वारे जाके सेवा करा कि ना करा, मैं करूँगा सेवा फिर की हो जाना, नहीं करूँगा तो फिर की हो जाना। फल की चिंता वो करते ने जिहड़े दुचित्ती विच हुंदे ने, जिहड़े निष्काम सेवक हुंदे ने वो सेवा करते ने, गुरबाणी पढ़ते ने, गुरु उन्हां दी झोली विच आप फल पाउंदा है। जिहड़े दुबधा विचों निकल जांदे, दुबधा ना परो हरविन होर ना पूजो, मड़ै मसाण ना जाई, पातशाह ने इत्थों तक वरद दिता है। गुरु प्यारिओ गुरु कहिंदा गुरु नूं त्याउणा ना, गुरु नूं जपना ते प्यारिया दुबधा मन च ना लेके आई, जे दुबधा पै गई ते समझ ली भी तेरे मन की जिहड़ी अवस्था ना वो ढेरी हो गई। जिहड़ी तेरा गुरु ते निष्ठा विश्वास भरोसा बनिया ती वो माड़ा मोटा भी बनिया सी वो भी ढह गया जे दुबधा मन विच पै गई। साध संगत दुबधा नहीं रखनी चाहिए, दुबधा प्लस दो प्लस विद भाव दो विधा वाला कदे भी पार नहीं लगता, दुचित्ती वाला कदे भी पार नहीं लगता। साध संगत वो आखिरकार राह विच ही डुब जांदे। पातशाह ने इत्थों तक गुरबाणी विच किया है हरुए हरुए तिर गए डूबे जिन सर भार। परमात्मा नूं ध्याउण वाले इक दे होके रहण वाले ते परमात्मा दा निरोल नाम लैण वाले होर दरां दीआं आसां छड्डण वाले तर गए। जिहड़े दुबधा वाले सी जिन्हां दे सिर भार हो गए, गुरु नूं जिन्हां ने नहीं ध्याया ते गुरु नूं ध्याउण विच भी शंके रखे, कहिंदे ओह डुब गए, डुबे जिन सिर भार, उही डुबे ने जिहड़े गुरु ते शंका करदे रहे। ते गुरु प्यार वालिओ आपां इस करके बेनती आरंभ कीती सी कि बिरथी कदे ना हो वही जन की अरदास, उन्हां दी अरदास बिरथी नहीं हुंदी। जिहड़े जन बन के निमाणे बन के गुरु नूं अरदास कर दिंदे ने ते अरदास करके शंका मन विच नहीं रखदे, गुरु उन्हां ते कृपालता ते दयालता धारदा है। साध संगत गुरु उन्हां ते त्रुटदा है जिहड़े गुरु ते भरोसा रख लैंदे ने, गुरु उन्हां दी पिट्ठ नहीं लगण दिंदा, ते जिहड़े गुरु दे हो जांदे ने, जिहड़े गुरु दे ही होए नहीं ते ओह किसे दे वी नहीं हो सकदे। जिहड़े गुरु ग्रंथ साहिब दे सगे नहीं होए ते ओह किसे दे नहीं हो सकदे। गुरु ग्रंथ साहिब सच्चे पातशाह हर एक झोलियां गुर सेवा किन ना लभे, ते गुरु दी सेवा विच्चों की कुछ नहीं मिलदा। साध संगत ये तुहानू सारयां नू पता है, इस करके गुरु उन्हां दे काम करदा जिहड़े गुरु दे बन जांदे ने। गुरु साहिब जी अगे बेनती तां करनी है, इस विधि नाल करनी है, क्योंकि मन विच शंका ते दुबधा ना होवे, दुचित्ती ना होवे, ते गुरु पातशाह फिर त्रुटदे ने, फिर मेहर करदे ने। पातशाह जी कृपा करन सानू इह समत आवे, इह दुबधा खेड़ियां विचों असीं निकलीए, निरोल गुरु वाले असीं बणीए, होर दरां दी आस छड्ड के धन गुरु ग्रंथ साहिब दी बाणी नूं समर्पित हो जाइए। प्यारे ओ फिर गुरु ने साडे ते मेहर करनी है।
सतगुरु पातशाह जी कृपा करन मेहर करन इन्नियां कु बेनतियां प्रवान करनियां। गुरबाणी कथा चमत्कार चैनल नाल जुड़े रहो ते वीडियो शेयर करियो, लाइक कमेंट भी जरूर करियो, बेनतियां करो, प्रवान बुलाओ, फतेह जी आखो। वाहिगुरु जी का खालसा, वाहिगुरु जी की फतेह।